ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸੰਦੀਪ ਖੋਖਰ ਲਰਨਿੰਗਸ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਬੈਂਕਿੰਗ ਨਾਲ ਰਿਲੇਟਡ ਨਿਊ ਲੈਕਚਰ ਸੋ ਇਸ ਲੈਕਚਰ ਦੇ ਵਿੱਚ ਦੇਖੋ ਆਪਾਂ ਮਨੀ ਬਾਰੇ ਡਿਸਕਸ ਕਰਾਂਗੇ ਮਨੀ ਸਪਲਾਈ ਬਾਰੇ ਡਿਸਕਸ ਕਰਾਂਗੇ ਮਨੀ ਨਾਲ ਰਿਲੇਟਡ ਇੰਸਟੀਟਿਊਸ਼ਨਸ ਲਾਈਕ ਬੈਂਕਿੰਗ ਇੰਸਟੀਟਿਊਸ਼ਨਸ ਔਰ ਨਾਨ ਬੈਂਕਿੰਗ ਇੰਸਟੀਟਿਊਸ਼ਨਸ ਔਰ ਸੈਂਟਰਲ ਬੈਂਕ ਔਰ ਸੈਂਟਰਲ ਬੈਂਕ ਦੇ ਜੋ ਮਨੀ ਸਪਲਾਈ ਦੇ ਵੇਸ ਨੇ या सेंट्रल बैंक की जो मोनेटरी पॉलिसीज ने उन्होंने बारे आप डिस्कस करांगे। सो फर्स्ट ऑफ ऑल आप देखते हैं जी कि मनी की होंगी है। सो मनी इज अ मीडियम ऑफ एक्सचेंज विद सॉवरन बैंकिंग सॉवरन बैकिंग। देखो मीडियम ऑफ एक्सचेंज का मीनिंग की है जी, सपोज करो तुहाडे कोल 10 रुपए ने, जेकर तुसीं कोई चीज लेना चाहते हो एंड दुकान पर जाने हो तो तुसीं 10 रुपए दोगे एंड कोई भी दुकानदार जिहड़ा होगा वह तुहानू उस 10 रुपए की जिहड़ी भी चीज तुसीं लेनी चाहते हो ਉਹ ਤੁਹਾਨੂੰ ਦੇ ਦੂਗਾ। ਐਕਸਚੇਂਜ ਦਾ ਮੀਨਿੰਗ ਹੁੰਦਾ ਜੀ ਅਦਲਾ ਬਦਲੀ ਕਰਨੀ। ਐਂਡ ਸੋਵਰਨ ਬੈਕਿੰਗ, ਦੇਖੋ ਸੋਵਰਨ ਬੈਕਿੰਗ ਦਾ ਮੀਨਿੰਗ ਕੀ ਹੈ, ਸੋਵਰਨ ਦਾ ਮੀਨਿੰਗ ਹੁੰਦਾ ਦੇਖੋ ਗਵਰਨਮੈਂਟ ਦਾ ਰਿਲੇਟਡ। ਸੋਵਰਨ ਬੈਕਿੰਗ ਦਾ ਮੀਨਿੰਗ ਕੀ ਹੈ ਜੀ ਕਿ ਜੋ 10 ਰੁਪਏ ਤੁਹਾਡੇ ਕੋਲ ਹੈਗੇ ਨੇ ਉਹਨਾਂ ਦੇ ਪਿੱਛੇ ਗਵਰਨਮੈਂਟ ਦੀ ਬੈਕਿੰਗ ਆ। ਇਟ ਮੀਨਸ ਕਿ ਉਹਨਾਂ 10 ਰੁਪਿਆਂ ਦੇ ਉੱਪਰ ਆਰਬੀਆਈ ਦੇ ਗਵਰਨਰ ਵੱਲੋਂ ਇਹ ਲਿਖਿਆ ਗਿਆ ਹੁੰਦਾ ਕਿ ਮੈਂ ਧਾਰਕ ਨੂੰ 10 ਰੁਪਏ ਦੇ ਮੁੱਲ ਦੀਆਂ ਜਿਹੜੀਆਂ ਵਸਤੂਆਂ ਉਹ ਦੇਣ ਦੇ ਲਈ ਵਚਨਬੱਧ ਆ। ਇਟ ਮੀਨਸ ਕਿ ਤੁਸੀਂ 10 ਰੁਪਏ ਲੈ ਕਿਤੇ ਵੀ ਚਲੇ ਜਾਓਗੇ ਤਾਂ ਤੁਹਾਨੂੰ 10 ਰੁਪਏ ਦੇ ਮੁੱਲ ਚੀਜ਼ਾਂ ਜ਼ਰੂਰ ਦਿੱਤੀਆਂ ਜਾਣਗੀਆਂ। ਦੇਖੋ ਸੋਵਰਨ ਬੈਕਿੰਗ ਦੇ ਵਿੱਚ ਕੀ ਹੁੰਦਾ ਕਿ ਗਵਰਨਮੈਂਟ ਜਦੋਂ ਵੀ ਕਰੰਸੀ ਇਸ਼ੂ ਕਰਦੀ ਆ ਤਾਂ ਉਸ ਕਰੰਸੀ ਦੇ ਮੁੱਲ ਦਾ ਦੇਖੋ ਜੋ ਵੀ ਸੋਨਾ ਹੁੰਦਾ ਉਹ ਗਵਰਨਮੈਂਟ ਬੈਕਿੰਗ ਦੇ ਵਿੱਚ ਜ਼ਰੂਰ ਰੱਖਦੀ ਹੁੰਦੀ ਆ। ਦੇਖੋ ਜਦੋਂ ਆਪਾਂ ਮਨੀ ਦੀ ਗੱਲ ਕਰਦੇ ਹਾਂ ਤਾਂ ਮਨੀ ਦੇ ਵਿੱਚ ਨੋਟਸ ਵੀ ਆ ਜਾਂਦੇ ਆ ਔਰ ਮਨੀ ਦੇ ਵਿੱਚ ਕੋਇਨਸ ਵੀ ਆ ਜਾਂਦੇ ਆ। ਦੇਖੋ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਣੀ ਚਾਹੁੰਦਾ ਕਿ ਮਨੀ ਦੇ ਆਉਣ ਤੋਂ ਪਹਿਲਾਂ ਇੱਕ ਬਾਰਟਰ ਸਿਸਟਮ ਚੱਲਦਾ ਹੁੰਦਾ ਸੀ। ਜਿਵੇਂ ਤੁਸੀਂ ਪਿੰਡਾਂ ਵਿੱਚ ਹੁਣ ਵੀ ਦੇਖਿਆ ਹੋਣਾ ਕਿ ਕਈ ਜੋ ਛੋਟੇ ਛੋਟੇ ਸਾਈਕਲਾਂ ਦੇ ਕੋਈ ਚੀਜ਼ਾਂ ਵੇਚਦੇ ਫਿਰਦੇ ਹੁੰਦੇ ਆ ਉਹ ਤੁਹਾਡੇ ਤੋਂ ਕਣਕ ਲੈ ਲੈਂਦੇ ਆ ਐਂਡ ਕਣਕ ਦੇ ਬਦਲੇ ਦੇ ਵਿੱਚ ਤੁਹਾਨੂੰ ਥੋੜੀ ਮੋਟੇ ਚੀਜ਼ਾਂ ਦੇ ਦਿੰਦੇ ਆ। ਸੋ ਹੁਣ ਇਹ ਸਿਸਟਮ ਬਹੁਤ ਜ਼ਿਆਦਾ ਘਟ ਗਿਆ, ਲੇਕਿਨ ਪਹਿਲਾਂ ਇਹ ਸਿਸਟਮ ਕੀ ਸੀਗਾ ਬਹੁਤ ਜ਼ਿਆਦਾ ਪ੍ਰੈਵਲੈਂਟ ਹੁੰਦਾ ਸੀ। ਸੋ ਇਸ ਸਿਸਟਮ ਦੀਆਂ ਜੋ ਖਾਮੀਆਂ ਸੀ ਇਸੇ ਨੂੰ ਦੂਰ ਕਰਨ ਵਾਸਤੇ ਹੀ ਜਿਹੜਾ ਮਨੀ ਦਾ ਐਵੋਲੂਸ਼ਨ ਕੀਤਾ ਗਿਆ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਡਿਮਾਂਡ ਆਫ ਮਨੀ ਦੀ ਕਿ ਮਨੀ ਦੀ ਜਿਹੜੀ ਮੰਗ ਉਹ ਕਿਉਂ ਕੀਤੀ ਜਾਂਦੀ ਹੈ। ਦੇਖੋ ਦੋ ਪਰਪਸ ਲਈ ਮਨੀ ਦੀ ਮੰਗ ਕੀਤੀ ਜਾਂਦੀ ਹੈ। ਫਸਟ ਹੁੰਦਾ ਜੀ ਟ੍ਰਾਂਜੈਕਟਿਵ ਪਰਪਸ ਐਂਡ ਸੈਕੰਡ ਹੁੰਦਾ ਸਪੈਕੂਲੇਟਿਵ ਪਰਪਸ। ਟ੍ਰਾਂਜੈਕਟਿਵ ਤੋਂ ਦੇਖੋ ਆਪਣਾ ਮੀਨਿੰਗ ਹੈ ਟ੍ਰਾਂਜੈਕਸ਼ਨਸ ਕਰਨ ਦੇ ਲਈ। ਇਟ ਮੀਨਸ ਕੀ ਹੈ ਕਿ ਕੋਈ ਚੀਜ਼ਾਂ ਖਰੀਦਣ ਦੇ ਲਈ ਜਾਂ ਪੈਸੇ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਆਪਾਂ ਪੈਸਾ ਕਿਤੇ ਭੇਜਣਾ ਚਾਹੁੰਦੇ ਹਾਂ ਜਾਂ ਉਹਦੀ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹਾਂ ਸੋਨਾ ਖਰੀਦਣਾ ਚਾਹੁੰਦੇ ਹਾਂ ਔਰ ਵਟ ਐਵਰ ਕੋਈ ਵੀ ਚੀਜ਼ ਆਪਾਂ ਖਰੀਦਣਾ ਚਾਹੁੰਦੇ ਹਾਂ ਉਹਦੇ ਲਈ ਆਪਾਂ ਪੈਸੇ ਦੀ ਡਿਮਾਂਡ ਕਰਦੇ ਹਾਂ। ਦੇਖੋ ਇੱਕ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਜੋ ਡਿਮਾਂਡ ਆਫ ਮਨੀ ਹੁੰਦੀ ਆ ਫੋਰ ਟ੍ਰਾਂਜੈਕਟਿਵ ਪਰਪਸ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਨੋਮੀਨਲ ਜੀਡੀਪੀ। ਇਟ ਮੀਨਸ ਕਿ ਇਕਨੋਮੀ ਦੇ ਵਿੱਚ ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਪ੍ਰੋਡਿਊਸ ਕੀਤੇ ਜਾਣਗੀਆਂ ਉਹਨੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਮਨੀ ਦੀ ਡਿਮਾਂਡ ਆ ਉਹ ਹੁੰਦੀ ਜਾਊਗੀ। ਨੈਕਸਟ ਦੇਖੋ ਜੇ ਆਪਾਂ ਸਪੈਕੂਲੇਟਿਵ ਪਰਪਸ ਦੀ ਗੱਲ ਕਰਦੇ ਹਾਂ ਸਪੈਕੂਲੇਸ਼ਨ ਦਾ ਮੀਨਿੰਗ ਕੀ ਹੁੰਦਾ ਦੇਖੋ ਅੰਦਾਜ਼ਾ। ਇਟ ਮੀਨਸ ਕੀ ਆ ਕਿ ਜਦੋਂ ਇਕਨੋਮੀ ਦੇ ਵਿੱਚ ਇੰਟਰਸਟ ਰੇਟ ਹਾਈ ਹੋਊਗਾ ਜਦੋਂ ਵਿਆਜ ਦੀਆਂ ਦਰਾਂ ਇਕਨੋਮੀ ਵਿੱਚ ਹਾਈ ਹੋਣਗੀਆਂ ਤਾਂ ਲੋਕ ਕੀ ਐਕਸਪੈਕਟ ਕਰਨਗੇ ਕਿ ਫਿਊਚਰ ਦੇ ਵਿੱਚ ਇਹ ਦਰਾਂ ਜਿਹੜੀ ਹੈਗੀ ਉਹ ਡਿੱਗ ਸਕਦੀਆਂ ਤਾਂ ਉਹ ਕੀ ਕਰਨਗੇ ਤਾਂ ਉਹ ਆਪਦਾ ਜਿਹੜਾ ਪੈਸਾ ਹੋਊਗਾ ਉਹ ਬੌਂਡ ਪਰਚੇਜ਼ ਕਰਨ ਦੇ ਲਈ ਇਨਵੈਸਟ ਕਰਨਗੇ। ਦੇਖੋ ਜੋ ਬੌਂਡ ਹੁੰਦੇ ਆ ਇਹਨਾਂ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਇੱਥੇ ਜਸਟ ਤੁਸੀਂ ਇੱਕ ਵਾਰ ਧਿਆਨ ਦੇ ਵਿੱਚ ਰੱਖ ਲੈਣਾ ਕਿ ਲੋਕ ਬੌਂਡ ਪਰਚੇਜ਼ ਕਰਨਗੇ। ਸੋ ਜੇਕਰ ਲੋਕ ਬੌਂਡ ਪਰਚੇਜ਼ ਕਰਦੇ ਆ ਐਂਡ ਇੰਟਰਸਟ ਰੇਟ ਇਕਨੋਮੀ ਵਿੱਚ ਹਾਈ ਹੁੰਦਾ ਇਟ ਮੀਨਸ ਕੀ ਹੋਊਗਾ ਕਿ ਮਨੀ ਦੀ ਜਿਹੜੀ ਸਪੈਕੂਲੇਟਿਵ ਡਿਮਾਂਡ ਆ ਉਹ ਕੀ ਹੋਊਗੀ ਲੋ ਹੋਊਗੀ। ਨੈਕਸਟ ਸਿਨੈਰੀਓ ਦੇਖਦੇ ਹਾਂ ਕਿ ਇੰਟਰਸਟ ਰੇਟ ਲੋ ਆ ਇਕਨੋਮੀ ਦੇ ਵਿੱਚ ਤਾਂ ਲੋਕ ਐਕਸਪੈਕਟ ਕਰਨਗੇ ਕਿ ਇਹ ਜਿਹੜੇ ਇੰਟਰਸਟ ਰੇਟ ਆ ਇਹ ਫਿਊਚਰ ਦੇ ਵਿੱਚ ਹਾਈ ਹੋਣਗੇ। ਸੋ ਇਸੇ ਆਸ ਦੇ ਵਿੱਚ ਜਿਹੜੇ ਉਹਨਾਂ ਨੇ ਸ਼ੇਅਰ ਖਰੀਦੇ ਹੋਣਗੇ ਉਹਨਾਂ ਸ਼ੇਅਰਸ ਨੂੰ ਵੇਚ ਕੇ ਉਹ ਮਨੀ ਦੇ ਵਿੱਚ ਕਨਵਰਟ ਕਰਾਉਣਗੇ। ਸੋ ਇਟ ਮੀਨਸ ਕੀ ਹੋਊਗਾ ਸਪੈਕੂਲੇਟਿੰਗ ਡਿਮਾਂਡ ਕੀ ਹੋਊਗੀ ਹਾਈ ਹੋਊਗੀ। ਨੈਕਸਟ ਦੇਖਦੇ ਹਾਂ ਆਪਾਂ ਕਿ ਨੋਟ ਕੌਣ ਇਸ਼ੂ ਕਰਦਾ ਜੀ। ਨੋਟ ਇਸ਼ੂ ਕੀਤੇ ਜਾਂਦੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਦੁਆਰਾ ਅੰਡਰ ਆਰਬੀਆਈ ਐਕਟ ਆਫ 1934। ਦੇਖੋ ਇਸ ਐਕਟ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ, ਸਮ ਟਾਈਮਸ ਪੇਪਰ ਦੇ ਵਿੱਚ ਕੁਐਸਚਨ ਡਾਇਰੈਕਟਲੀ ਵੀ ਆ ਸਕਦਾ ਕਿ ਆਰਬੀਆਈ ਐਕਟ ਕਿਸ ਈਅਰ ਦੇ ਵਿੱਚ ਪਾਸ ਕੀਤਾ ਗਿਆ ਸੀ। ਦੇਖੋ ਜੋ ਵੀ ਨੋਟਸ ਹੁੰਦੇ ਆ ਉਹਨਾਂ ਦੇ ਵਿੱਚ ਆਰਬੀਆਈ ਦੇ ਗਵਰਨਰ ਦੇ ਸਾਈਨ ਕੀਤੇ ਜਾਂਦੇ ਆ। ਇਟ ਮੀਨਸ ਕਿ ਉਹ ਜਿਹੜੀ ਗਰੰਟੀ ਆ ਉਹ ਕਿਹਦੇ ਦੁਆਰਾ ਪ੍ਰੋਵਾਈਡ ਕੀਤੀ ਜਾਂਦੀ ਆ, ਆਰਬੀਆਈ ਦੇ ਗਵਰਨਰ ਦੇ ਦੁਆਰਾ।
एंड एक चीज होर ध्यान रखनी है कि 1 रुपए का नोट और 1 रुपए के जो कॉइन्स होंगे है वह मिनिस्ट्री ऑफ फाइनेंस के द्वारा इशू किए जाते हैं एंड उन्होंने उपर फाइनेंशियल सैक्रेटरी के साइन होंगे। नैक्सट देखो मनी के टाइप्स की गल करते हैं। फीएट मनी वह मनी होंगी जिदी के कोई इंटरसिक वैल्यू नहीं होंगी एंड ए करंसी नोट्स और कॉइन शामिल किए जाते। देखो जो यह इंटरसिक वैल्यू दिती हुई है यदा मीनिंग की होंगे, सपोज करो अपने को 10 रुपए का नोट आ, ठीक है, वह जो देखो 10 रुपए का नोट का जो कागज आपकी कोई वैल्यू नहीं, जोड़ा वो उपर 10 रुपए लिखे हुए उन्होंने ही वैल्यू है। और जो अपने को सिक्के होंगे, सपोज करो 1 रुपए का सिक्का, जिस मैटल का सिक्का बनया हुआ जेकर आप उस मैटल ढाल लाँगे तो वह मैटल की कीमत भी जी होगी वह की होगी 1 रुपए होगी। देखो जेडे गोल्ड के कॉइन होंगे उन्होंने उपर जी इंटरसिक वैल्यू का थ्यूरी है वह लागू नहीं होनी, बिकॉज गोल्ड का कॉइन उपर जेकर देख 10 रुपए लिखा हुआ बट जेकर आप उस गोल्ड के कॉइन ढाल लाँगे तो उसकी वैल्यू उस 10 रुपए जो उपर लिखा हुआ तो कितने ज्यादा होगी। नैक्सट गल करते हैं लीगल टेंडर की। लीगल टेंडर का मीनिंग होंगे जी कि जो भी सपोज करो अपने को करंसी आ उसकी बैकिंग गवर्नमेंट द्वारा दी जाती है। लीगल लीगल का मीनिंग की होगा कानून के द्वारा। तो याद होगा कि जो 2016 गवर्नमेंट के वालों डीमोनेटाइजेशन की गई सी भाषण के नरेंद्र मोदी जी द्वारा यह कहा गया सी कि जिहड़े ये नोट होणगे वह लीगल टेंडर नहीं होणगे, इट मीनस गवर्नमेंट की बैकिंग उन्होंने पिछों हट गई सी। सो लीगल टेंडर का मीनिंग वह नोट्स हो गए जिन्हों के पिछे गवर्नमेंट की बैकिंग है कि जेकर आप 100 रुपए लैके किसी भी दुकानदार को जावे तो अपन 100 रुपए के मुल दी चीज़ा जरूर मिलनगियां ही मिलनगियां। नैक्सट आ गए नीयर मनी। नीयर मनी देखो नाम तो ही पता लगी जाता वह मनी वह चीज़ जिन्हों आप बहुत ही छेती या बहुत ही तेजी के नाल पैसों के कन्वर्ट कर सकते हैं, लाइक जो ट्रैजरी बिल होंगे या सर्टिफिकेट ऑफ डिपोजिट्स होंगे। देखो ट्रैजरी बिल वह बिल होंगे जो कि गवर्नमेंट द्वारा पब्लिक नूं इशू किए जाते हैं, गवर्नमेंट मार्केट लोगों आपके बोंड वेच के जोड़ा है पैसा इकट्ठा करती है एंड जोड़ा भी वह लोग ट्रैजरी बिल खरीदते हैं वह उसनों किसी होर परसन ट्रांसफर करके जो भी जरूरत है तो वह जो पैसा वो अवेलेबल करवा सकते हैं। नैक्सट होंगे जी प्लास्टिक मनी। देखो जो क्रेडिट कार्ड होंगे या डेबिट कार्ड होंगे वह प्लास्टिक मनी के अंडर आ जाते हैं। नैक्सट आप गल करते हैं जी इंडियन बैंकिंग सिस्टम की कि बैंक की होंगे। देखो बैंकिंग रेगुलेशन एक्ट 1949 पास किया गया सी, इस दी भी तुसी जो टाइमलाइन याद रखनी है कि किन्ने केड़े ईयर दे विच इस एक्ट नूं पास किया गया सी, दैट इज 1949। इस एक्ट के अंडर देखो बैंकिंग की होंगी है सॉरी बैंक की होंगे। देखो बैंक एक वो कंपनी है जो लोगों तो डिपोजिट एक्सैप्ट करती है, वो डिपोजिट जेडे कि डिमांड ते लोगों आप देने भी होंगे और लोगों चैक और ड्राफ्ट के थ्रू विदड्रॉल भी करवाई है या लोगों जो जरूरत होंगी है तो लोगों काम के लिए पैसे भी उधार देती है। अगे जो आप देखो बैंक के फंक्शन की गल करते हैं, देखो तो बैंक के फंक्शन आप दो टाइप के कैटेगराइज कर सकते हैं। फस्ट होंगे प्रायमरी फंक्शन एंड सैकेंड होंगे जी सेकेंडरी फंक्शन। जो आप प्रायमरी फंक्शन की गल करते हैं तो फस्ट फंक्शन होंगे जी डिपोजिट न एक्सैप्ट करना एंड सैकेंड होंगे कि एडवांसिस ग्रांट करना, इट मीनस के लोन देना। जो आप डिपोजिट्स की गल करते हैं डिपोजिट्स देखो 3 टाइप्स के हो जाते हैं, करंट डिपोजिट होंगे है, फिक्सड डिपोजिट होंगे और सेविंग डिपोजिट होंगे। देखो करंट के होंगे कि पैसा तुम जिनी बार चाहे जमा करा सकते हो एंड जिनी बार चाहे तुम विदड्रॉ करवा सकते हो, तो ये उपर कोई इंट्रस्ट नहीं दिता जाता, जिमें कि किसानों कैश क्रेडिट लिमिट दी जाती है, जो आप कह दें कि सोसायटियां अपने किसानों लिमिटा जारी की जाती है वह करंट अकाउंट के होंगे, जिन्नी बार पैसा वो मर्जी जमा करवा सकते हो जिनी बार मर्जी पैसा तुम उतों कढ़वा सकते हो। नैक्सट आ जाती फिक्सड डिपोजिट। फिक्सड का मीनिंग जिम्मे आप एफ डी की गल करते होंगे, जिमें कि वह 2 साल के लिए कोई एफ डी हो जाती है या कोई 3 साल के लिए एफ डी हो जाती है। इस एफ डी उपर की होंगे इंट्रस्ट रेट बाकी स्कीम ज़्यादा होंगे। ज़्यादा क्यों होंगे? क्योंकि सानू 2 साल या 3 साल के लिए अपने पैसे को दूर रहना पैंता होंगे, सानू आपके पैसे की वरतों करने तो रोकया जाता, इस करके इस उपर जो इंट्रस्ट है वो ज़्यादा होंगे।
ਅੱਗੇ ਅੱਗੇ ਸੇਵਿੰਗ ਡਿਪੋਜ਼ਿਟ। ਦੇਖੋ ਸੇਵਿੰਗ ਡਿਪੋਜ਼ਿਟ ਦੇ ਵਿੱਚ ਕੀ ਹੁੰਦਾ, ਫਿਕਸਡ ਡਿਪੋਜ਼ਿਟ ਨਾਲੋਂ ਜਿਹੜਾ ਵਿਆਜ ਆ ਉਹ ਥੋੜਾ ਜਿਹਾ ਘੱਟ ਹੁੰਦਾ, ਬਟ ਕਰੰਟ ਨਾਲੋਂ ਇਹਦੇ ਵਿੱਚ ਆਪਾਂ ਨੂੰ ਕੀ ਹੁੰਦਾ, ਥੋੜਾ ਜਿਹਾ ਬੈਨੀਫਿਟ ਹੁੰਦਾ। ਅੱਗੇ ਆ ਗਿਆ ਜੀ ਗਰੰਟਿੰਗ ਐਡਵਾਂਸਸ। ਗਰੰਟਿੰਗ ਐਡਵਾਂਸਸ ਦੀ ਜਦੋਂ ਆਪਾਂ ਗੱਲ ਕਰਨ ਦੇਖੋ ਤਾਂ ਫਸਟ ਆ ਜਾਂਦਾ ਜੀ ਓਵਰਡਰਾਫਟ। ਓਵਰਡਰਾਫਟ ਕੀ ਹੁੰਦਾ, ਸਪੋਜ਼ ਕਰੋ ਤੁਹਾਡੇ ਕੋਲੇ ਬੈਂਕ ਦੇ 10,000 ਰੁਪਏ ਪਿਆ, ਪਰ ਬੈਂਕ ਤੁਹਾਨੂੰ ਅਲਾਉ ਕਰ ਦਿੰਦਾ 12,000 ਰੁਪਏ ਵਿਦਡਰਾਅ ਕਰਾਉਣਾ, ਤਾਂ ਉਹ ਜਿਹੜਾ 2,000 ਰੁਪਏ ਤੁਸੀਂ ਐਕਸਟਰਾ ਕਢਵਾ ਰਹੇ ਹੋ ਦੈਟ ਇਜ਼ ਕਾਲਡ ਓਵਰਡਰਾਫਟ। ਬਟ ਇਹ ਓਵਰਡਰਾਫਟ ਜਿੰਨਾ ਕਸਟਮਰ ਦੇ ਉੱਪਰ ਬੈਂਕ ਨੂੰ ਟਰੱਸਟ ਹੁੰਦਾ ਕੇਵਲ ਉਹਨਾਂ ਨੂੰ ਹੀ ਦਿੱਤਾ ਜਾਂਦਾ। ਨੈਕਸਟ ਹੈਗਾ ਜੀ ਕੈਸ਼ ਕ੍ਰੈਡਿਟ। ਦੇਖੋ ਕੈਸ਼ ਕ੍ਰੈਡਿਟ ਦਾ ਮੀਨਿੰਗ ਕੀ ਹੁੰਦਾ, ਬੈਂਕ ਦਾ ਇੱਕ ਐਗਰੀਮੈਂਟ ਹੁੰਦਾ ਕਸਟਮਰਸ ਦੇ ਨਾਲ ਕਿ ਜਿੰਨੀ ਵਾਰ ਜਿਵੇਂ ਸਪੋਜ਼ ਕਰੋ ਤੁਹਾਨੂੰ 10,000 ਰੁਪਏ ਦੀ ਕੈਸ਼ ਲਿਮਿਟ ਕ੍ਰੈਡਿਟ ਕਰਤੀ ਤਾਂ ਤੁਸੀਂ ਉਹ 10,000 ਰੁਪਇਆ ਦੇਖੋ ਕੀ ਕਰ ਸਕਦੇ ਹੋ, ਜਿੰਨੇ ਵਾਰ ਮਰਜ਼ੀ ਉਸ ਅਕਾਊਂਟ ਦੇ ਵਿੱਚ ਵਿਦਡਰਾਅ ਕਰਵਾ ਸਕਦੇ ਹੋ। ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ ਹੋਣਾ ਕਿ ਇੰਡੀਆ ਵੱਲੋਂ ਬੰਗਲਾਦੇਸ਼ ਨੂੰ ਇੰਨੇ ਮਿਲੀਅਨ ਡਾਲਰ ਦੀ ਜਿਹੜੀ ਕੈਸ਼ ਲਿਮਿਟ ਆ ਉਹ ਕ੍ਰੈਡਿਟ ਕੀਤੀ ਗਈ ਹੈ, ਤਾਂ ਉਹ ਕੰਟਰੀ ਸੈਂਟਰਲ ਬੈਂਕ ਦੇ ਵਿੱਚੋਂ ਜਿੰਨੇ ਵਾਰ ਚਾਹੇ ਉਨੇ ਵਾਰ ਜਿਹੜੇ ਹੈਗੇ ਆ ਪੈਸੇ ਵਿਦਡਰਾਅ ਕਰਵਾ ਸਕਦੀ ਹੈ। ਅੱਗੇ ਹੁੰਦਾ ਜੀ ਲੋਨ। ਲੋਨ ਦੇਣਾ ਉਹਦੇ ਬਾਰੇ ਆਪਾਂ ਨੂੰ ਪਤਾ ਹੀ ਹੈ। ਅੱਗੇ ਆ ਗਿਆ ਜੀ ਡਿਸਕਾਊਂਟਿੰਗ ਆਫ ਬਿਲਸ। ਦੇਖੋ ਡਿਸਕਾਊਂਟਿੰਗ ਆਫ ਬਿਲਸ ਦਾ ਮੀਨਿੰਗ ਕੀ ਹੁੰਦਾ, ਸਪੋਜ਼ ਕਰੋ ਕੋਈ ਰਜਿਸਟਰਡ ਕੰਪਨੀ ਹੈ, ਕੋਈ ਰਜਿਸਟਰਡ ਕੰਪਨੀ ਹੈ, ਦੇਖੋ ਉਹਨੇ ਕਿਸੇ ਪਰਸਨ ਨੂੰ ਸਪੋਜ਼ ਕਰੋ 10,000 ਰੁਪਏ ਦਾ ਜਿਹੜਾ ਸਮਾਨ ਆ ਉਹ ਵੇਚਤਾ, ਐਂਡ ਉਹ ਜਿਹੜਾ ਪਰਸਨ ਆ ਉਹ ਬੈਂਕ ਨਾਲ ਐਗਰੀਮੈਂਟ ਕਰਦਾ ਕਿ ਮੈਂ ਇਹ ਪੈਸੇ ਤੁਹਾਨੂੰ ਸਾਲ ਬਾਅਦ ਦਊਂਗਾ ਜਾਂ 6 ਮਹੀਨੇ ਬਾਅਦ ਦਊਂਗਾ। ਠੀਕ ਹੈ, 6 ਮਹੀਨੇ ਬਾਅਦ ਉਸ ਪਰਸਨ ਨੇ ਰਜਿਸਟਰਡ ਕੰਪਨੀ ਨੂੰ ਕੀ ਕਰਨੇ ਆ, ਉਹ 10,000 ਰੁਪਏ ਮੋੜਨੇ। ਸੋ ਬੈਂਕ ਜੋ ਰਜਿਸਟਰਡ ਕੰਪਨੀ ਆ ਉਹ ਬਿੱਲ ਇਸ਼ੂ ਕਰ ਦਿੰਦੀ ਹੈ। ਠੀਕ ਹੈ, ਇੱਕ ਬਿੱਲ ਦੇਖੋ ਇਸ ਰਜਿਸਟਰਡ ਕੰਪਨੀ ਕੋਲ ਹੁੰਦਾ, ਇੱਕ ਬਿੱਲ ਹੁੰਦਾ ਇਸ ਪਰਸਨ ਦੇ ਕੋਲ, ਲੇਕਿਨ ਉਸ ਰਜਿਸਟਰਡ ਕੰਪਨੀ ਨੂੰ ਦੇਖੋ 2 ਮਹੀਨਿਆਂ ਬਾਅਦ ਪੈਸੇ ਦੀ ਲੋੜ ਪੈਗੀ, ਬਟ ਇਹ ਜਿਹੜਾ ਪਰਸਨ ਆ ਇਹਨੂੰ 10,000 ਰੁਪਏ ਦੇਣੇ 6 ਮਹੀਨਿਆਂ ਬਾਅਦ। ਸੋ ਇਹ ਰਜਿਸਟਰਡ ਕੰਪਨੀ ਕੀ ਕਰੂਗੀ, ਬੈਂਕ ਦੇ ਕੋਲ ਜਾਊਗੀ, ਬੈਂਕ ਨੂੰ ਕਹੂਗੀ ਕਿ ਜਿਹੜੇ ਬਿੱਲ ਆ ਮੇਰੇ ਬਿੱਲ ਆ ਉਹਨੂੰ ਡਿਸਕਾਊਂਟ ਕਰੋ। ਦੇਖੋ 10,000 ਰੁਪਏ ਇਸ ਪਰਸਨ ਤੋਂ ਲੈਣੇ ਆ ਤਾਂ ਬੈਂਕ ਕੀ ਕਰੂਗਾ, 1,000 ਰੁਪਇਆ ਦਾ ਕਮਿਸ਼ਨ ਚਾਰਜ ਕਰੂਗਾ ਜਾਂ ਵਟ ਐਵਰ ਫੀਸ ਚਾਰਜ ਕਰੂਗਾ, ਐਂਡ 9,000 ਰੁਪਇਆ ਉਸ ਰਜਿਸਟਰਡ ਕੰਪਨੀ ਨੂੰ ਦੇ ਦੂਗਾ, ਐਂਡ ਜਿਹੜਾ 1,000 ਰੁਪਇਆ ਦੇਖੋ ਉਸ ਬੈਂਕ ਵੱਲੋਂ ਆਪਦਾ ਕਮਿਸ਼ਨ ਜਾਂ ਕੁਛ ਵੀ ਆਪਾਂ ਕਹਿ ਲਈਏ ਫੀਸ ਚਾਰਜ ਕੀਤੀ ਗਈ ਹੈ। ਸੋ 6 ਮਹੀਨਿਆਂ ਬਾਅਦ ਉਹ ਪਰਸਨ ਜਿਹੜਾ ਹੋਊਗਾ ਉਸ ਬੈਂਕ ਨੂੰ ਪੈਸੇ ਵਾਪਸ ਕਰ ਦੂਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਸੈਕੰਡਰੀ ਫੰਕਸ਼ਨਸ ਦੀ। ਸੈਕੰਡਰੀ ਫੰਕਸ਼ਨ ਦੇ ਵਿੱਚ ਦੇਖੋ 2 ਟਾਈਪਸ ਨੇ, ਏਜੰਸੀ ਫੰਕਸ਼ਨ ਆ ਜਾਂਦੇ ਆ ਔਰ ਯੂਟੀਲਿਟੀ ਫੰਕਸ਼ਨਸ ਆ ਜਾਂਦੇ ਆ। ਦੇਖੋ ਜਦੋਂ ਆਪਾਂ ਏਜੰਸੀ ਫੰਕਸ਼ਨਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਅੰਡਰ ਫਸਟਲੀ ਆ ਜਾਂਦੇ ਟ੍ਰਾਂਸਫਰ ਆਫ ਫੰਡਸ, ਪੀਰੀਓਡਿਕ ਪੇਮੈਂਟਸ ਕਰਨੀ ਆ। ਟ੍ਰਾਂਸਫਰ ਆਫ ਫੰਡ ਦਾ ਮੀਨਿੰਗ ਕਿਉਂਕਿ ਦੇਖੋ ਇੱਕ ਜਗ੍ਹਾ ਦੂਜੀ ਜਗ੍ਹਾ ਤੇ ਜਿਵੇਂ ਆਪਾਂ ਪੈਸੇ ਬੈਂਕ ਅਕਾਊਂਟਸ ਥਰੂ ਟ੍ਰਾਂਸਫਰ ਕਰਦੇ ਹਾਂ, ਪੀਰੀਓਡਿਕ ਪੇਮੈਂਟਸ ਲਾਈਕ ਆਪਣੀਆਂ ਲੋਨ ਪੇਮੈਂਟਸ ਹੋ ਜਾਂਦੀਆਂ ਜਾਂ ਅਦਰ ਪੇਮੈਂਟ, ਸਪੋਜ਼ ਕਰੋ ਆਪਾਂ ਕੋਈ ਬਿਜਲੀ ਦੇ ਬਿੱਲ ਪੇ ਕਰਨਾ ਤਾਂ ਇਸ ਤਰ੍ਹਾਂ ਦੇ ਫੰਕਸ਼ਨ ਵੀ ਬੈਂਕ ਦੁਆਰਾ ਕੀਤੇ ਜਾਂਦੇ ਆ। ਚੈੱਕਸ ਦੀ ਕਲੈਕਸ਼ਨ ਕੀਤੀ ਜਾਂਦੀ ਆ, ਪਰਚੇਜ਼ਿੰਗ ਆਫ ਸਿਕਿਉਰਿਟੀਜ਼ ਕੀਤੀ ਜਾਂਦੀ ਆ। ਯੂਟੀਲਿਟੀ ਫੰਕਸ਼ਨਸ ਦੀ ਗੱਲ ਕਰਦੇ ਦੇਖੋ ਆਪਾਂ ਡਿਮਾਂਡ ਡਰਾਫਟ ਬਣਾਉਣੇ ਆ, ਆਪਾਂ ਬੈਂਕ ਦੇ ਵਿੱਚ ਲੌਕਰ ਵੀ ਅਵੇਲੇਬਲ ਹੁੰਦੇ ਆ, ਅੰਡਰ ਰਾਈਟਿੰਗ ਕੀਤੀ ਜਾਂਦੀ ਹੈ ਇਟ ਮੀਨਸ ਕਿ ਸਿਕਿਉਰਿਟੀਜ਼ ਦੀ ਪਰਚੇਜ਼ਿੰਗ ਦੇ ਲਈ ਜਾਂ ਸਿਕਿਉਰਿਟੀ ਦੀ ਸੈਲਿੰਗ ਦੇ ਲਈ ਐਡਵਾਈਸ ਕੀਤੀ ਜਾਂਦੀ ਹੈ ਬੈਂਕ ਦੇ ਦੁਆਰਾ। ਸਪੈਸ਼ਲ ਵੈਲਫੇਅਰ ਪ੍ਰੋਗਰਾਮਸ ਵੀ ਜਿਹੜੇ ਬੈਂਕ ਦੇ ਦੁਆਰਾ ਉਹ ਕੀਤੇ ਜਾਂਦੇ ਆ। ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਕਿ ਮਾਡਰਨ ਸੈਂਸ ਦੇ ਵਿੱਚ ਜਿਹੜਾ ਫਸਟ ਬੈਂਕ ਸੀਗਾ ਉਹ ਸੀਗਾ ਬੈਂਕ ਆਫ ਹਿੰਦੁਸਤਾਨ, ਜਿਹੜਾ ਕਿ 1770 ਦੇ ਵਿੱਚ ਇਸਟੈਬਲਿਸ਼ ਕੀਤਾ ਗਿਆ ਸੀ। ਦੇਖੋ ਇੱਕ ਪ੍ਰੈਜ਼ੀਡੈਂਸੀ ਬੈਂਕਸ ਦਾ ਜਿਹੜਾ ਕਨਸੈਪਟ ਆ ਉਹ ਵੀ ਇੰਪੋਰਟੈਂਟ ਆ। ਦੇਖੋ ਜੋ SBI ਜੀ ਦੀ ਆਪਾਂ ਗੱਲ ਕਰਦੇ ਹਾਂ, ਹੁਣ ਲਾਰਜੈਸਟ ਪਬਲਿਕ ਸੈਕਟਰ ਦਾ ਬੈਂਕ ਆ, ਇਹ ਓਰੀਜਿਨੇਟ ਹੋਇਆ ਸੀਗਾ ਬੈਂਕ ਆਫ ਕੈਲਕਟਾ ਦੇ ਰੂਪ ਦੇ ਵਿੱਚ, ਜਿਹਨੂੰ ਕਿ ਬਾਅਦ ਦੇ ਵਿੱਚ ਬੈਂਕ ਆਫ ਬੰਗਾਲ ਦਾ ਨਾਮ ਦਿੱਤਾ ਗਿਆ ਸੀ। ਐਂਡ ਬੈਂਕ ਆਫ ਬੰਬੇ ਦੇਖੋ ਓਰੀਜਿਨੇਟ ਹੋਇਆ ਸੀ 1840 ਦੇ ਵਿੱਚ, ਬੈਂਕ ਆਫ ਮਦਰਾਸ ਓਰੀਜਿਨੇਟ ਹੋਇਆ ਸੀ 1843 ਦੇ ਵਿੱਚ। ਇਹ ਤਿੰਨੇ ਬੈਂਕਾਂ ਮਿਲ ਕੇ ਦੇਖੋ ਪ੍ਰੈਜ਼ੀਡੈਂਸੀ ਬੈਂਕ ਬਣਾਉਂਦੀਆਂ। ਸੋ ਪ੍ਰੈਜ਼ੀਡੈਂਸੀ ਬੈਂਕਸ ਤਿੰਨਾਂ ਨੂੰ ਦੇਖੋ ਮਰਜ ਕਰਕੇ ਇੱਕ ਬਣਾ ਦਿੱਤਾ ਗਿਆ ਸੀ ਇੰਪੀਰੀਅਲ ਬੈਂਕ ਆਫ ਇੰਡੀਆ ਇਨ 1921। ਸੋ ਇਹੀ ਇੰਪੀਰੀਅਲ ਬੈਂਕ ਆਫ ਇੰਡੀਆ ਦੇਖੋ ਇਨ 1955 ਕੀ ਬਣ ਜਾਂਦਾ, SBI ਬਣ ਜਾਂਦਾ। ਸੋ ਇਸ ਦੇ ਬਾਰੇ ਪਹਿਲਾਂ ਆਪਾਂ ਡਿਸਕਸ ਕਰ ਲਿਆ। ਸੋ ਜਦੋਂ ਆਪਾਂ ਪ੍ਰੀ ਇੰਡੀਪੈਂਡੈਂਸ ਦੇਖੋ ਇੰਡੀਅਨ ਬੈਂਕਿੰਗ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਉਸ ਟਾਈਮ ਦੇਖੋ ਲਾਰਜ ਨੰਬਰ ਆਫ ਬੈਂਕਸ ਹੁੰਦੀਆਂ ਸੀ, ਲੇਕਿਨ ਉਹ ਜਿਹੜੀਆਂ ਬੈਂਕਸ ਸੀਗੀਆਂ ਉਹ ਸਾਈਜ਼ ਦੇ ਵਿੱਚ ਬਹੁਤ ਸਮਾਲ ਹੁੰਦੀਆਂ ਸੀ। ਜਦੋਂ ਇੰਡੀਪੈਂਡੈਂਟ ਕੰਟਰੀ ਦੇਖੋ ਜਦੋਂ ਆਪਣੀ ਹੁੰਦੀ ਹੈ ਤਾਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਪਾਸ ਕੀਤਾ ਜਾਂਦਾ, RBI ਨੂੰ ਇੰਡੀਆ ਦਾ ਸੈਂਟਰਲ ਬੈਂਕ ਬਣਾਇਆ ਜਾਂਦਾ 1969। ਇਹ ਈਅਰ ਬਹੁਤ ਇੰਡੀਅਨ ਬੈਂਕਿੰਗ ਸੈਕਟਰ ਦੇ ਲਈ ਇੰਪੋਰਟੈਂਟ ਮੰਨਿਆ ਜਾਂਦਾ, ਬਿਕੋਜ਼ ਇਨ ਦਿਸ ਈਅਰ 14 ਕਮਰਸ਼ੀਅਲ ਬੈਂਕਸ ਵਰ ਨੈਸ਼ਨਲਾਈਜ਼ਡ। ਇਟ ਮੀਨਸ ਕਿ ਜੋ 14 ਕਮਰਸ਼ੀਅਲ ਬੈਂਕ ਜੋ ਪ੍ਰਾਈਵੇਟ ਸੈਕਟਰ ਦੇ ਵਿੱਚ ਸੀਗੀਆਂ ਉਹਨਾਂ ਨੂੰ ਗਵਰਨਮੈਂਟ ਨੇ ਆਪਦੇ ਹੱਥਾਂ ਦੇ ਵਿੱਚ ਲਿਆ ਸੀ
ਫਿਰ 1980 ਦੇ ਵਿੱਚ ਜਿਹੜੀਆਂ 6 ਮੋਰ ਨੈਸ਼ਨਲਾਈਜ਼ਡ ਬੈਂਕਸ ਕੀਤੀਆਂ ਗਈਆਂ ਸੀ। ਬਟ ਨਾਓ ਹੁਣ ਤੁਹਾਨੂੰ ਪਤਾ ਲੱਗੇਗੀ ਗਿਆ ਹੋਣਾ ਕਿ ਨਿਊਜ਼ ਤੁਸੀਂ ਪੜ੍ਹਦੇ ਰਹਿਣੇ ਹੋਵੋਗੇ ਕਿ ਗਵਰਨਮੈਂਟ ਦੁਆਰਾ ਹੁਣ ਪ੍ਰਾਈਵੇਟਾਈਜੇਸ਼ਨ ਦੀ ਹੋੜ ਲੱਗੀ ਹੋਈ ਹੈ। ਗਵਰਨਮੈਂਟ ਦੁਆਰਾ ਬਹੁਤ ਸਾਰੇ ਬੈਂਕਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਜਾਂ ਬੈਂਕਾਂ ਦਾ ਮਰਜਰ ਵੀ ਕੀਤਾ ਜਾ ਰਿਹਾ ਤਾਂ ਕਿ ਗਵਰਨਮੈਂਟ ਆਪਦੀ ਜਿਹੜੀ ਕੋਸਟ ਨੂੰ ਘਟਾ ਸਕੇ। ਐਂਡ ਜੋ ਦੇਖੋ ਬੈਂਕਾਂ ਨੂੰ ਨੈਸ਼ਨਲਾਈਜ਼ ਕਿਉਂ ਕੀਤਾ ਜਾਂਦਾ, ਉਹਦੇ ਬੈਨੀਫਿਟਸ ਕੀ ਨੇ, ਇਹ ਤੁਹਾਡੇ ਮੇਨਸ ਦੇ ਪੇਪਰ ਲਈ ਇੰਪੋਰਟੈਂਟ ਆ। ਸੋ ਤੁਹਾਨੂੰ ਇਸ ਟੌਪਿਕ ਨੂੰ ਕਵਰ ਕਰਨੇ ਹੋਣ ਦੀ ਜ਼ਰੂਰਤ ਨਹੀਂ ਹੈਗੀ। ਅੱਗੇ ਆਪਾਂ ਗੱਲ ਕਰਦੇ ਹਾਂ ਆਰਬੀਆਈ ਦੇ ਬਾਰੇ, ਜੋ ਕਿ ਆਪਣੇ ਕੰਟਰੀ ਦਾ ਸੈਂਟਰਲ ਬੈਂਕ ਆ। ਇਸ ਬੈਂਕ ਨੂੰ ਦੇਖੋ ਐਸਟੈਬਲਿਸ਼ ਕੀਤਾ ਗਿਆ ਸੀ ਆਰਬੀ ਐਕਟ 1934 ਦੇ ਅੰਡਰ ਔਨ ਦੀ ਰਿਕਮੈਂਡੇਸ਼ਨ ਆਫ ਹਿਲਟਨ ਜੰਗ ਕਮੇਟੀ। ਦਿਸ ਇਜ਼ ਰੀਅਲੀ ਰੀਅਲੀ ਇੰਪੋਰਟੈਂਟ ਫਰੋਮ ਪੇਪਰਸ ਪੁਆਇੰਟ ਆਫ ਵਿਊ ਐਂਡ ਇਟਸ ਹੈਡਕੁਆਰਟਰ ਇਜ਼ ਇਨ ਬੰਬੇ। This bank was nationalized in 1949 under RBI Act of 1948 because it was earlier a shareholders bank. ਜਦੋਂ ਆਪਾਂ ਦੇਖੋ ਇਹਦੇ ਫੰਕਸ਼ਨਸ ਦੀ ਗੱਲ ਕਰਦੇ ਹਾਂ ਤਾਂ ਦੇਖੋ ਆਪਾਂ ਪਹਿਲੇ ਜ਼ਿਕਰ ਕਰ ਚੁੱਕੇ ਹਾਂ ਕਿ ਇਹਦਾ ਮੇਨ ਫੰਕਸ਼ਨ ਹੁੰਦਾ ਬੈਂਕ ਨੋਟ ਇਸ਼ੂ ਕਰਨਾ। ਬੈਂਕਰ ਟੂ ਗਵਰਨਮੈਂਟ, ਇਹਦਾ ਮੀਨਿੰਗ ਕੀ ਹੈ, ਦੇਖੋ ਗਵਰਨਮੈਂਟ ਦੇ ਜਿੰਨੇ ਵੀ ਦੇਖੋ ਟੈਕਸਿਸ ਹੁੰਦੇ ਆ ਜਾਂ ਗਵਰਨਮੈਂਟ ਦੇ ਜਿੰਨੇ ਵੀ ਸਰਕਾਰ ਦੇ ਦੁਆਰਾ ਕਿਸੇ ਨੂੰ ਕੋਈ ਲੋਨ ਇਸ਼ੂ ਕੀਤਾ ਜਾਂਦਾ, ਉਹ ਸਾਰਾ ਕੁਛ ਕਿਹਦੇ ਦੁਆਰਾ ਕੀਤਾ ਜਾਂਦਾ, ਆਰਬੀਆਈ ਦੁਆਰਾ ਕੀਤਾ ਜਾਂਦਾ। ਐਂਡ ਇਟ ਇਜ਼ ਬੈਂਕਰ ਆਫ ਬੈਂਕਸ, ਦੇਖੋ ਇਟ ਮੀਨਸ ਕਿ ਬੈਂਕਾਂ ਨੂੰ ਵੀ ਲੋਨ ਜਿਹੜੇ ਹੈਗੇ ਉਹ ਆਰਬੀਆਈ ਦੁਆਰਾ ਦਿੱਤੇ ਜਾਂਦੇ ਆ। ਲੈਂਡਰ ਆਫ ਲਾਸਟ ਰਿਜ਼ੋਰਟ ਫਾਰ ਬੈਂਕਸ, ਇਟ ਮੀਨਸ ਕਿ ਜਦੋਂ ਬੈਂਕਾਂ ਨੂੰ ਕਿਸੇ ਪਾਸੋਂ ਵੀ ਪੈਸਾ ਨਹੀਂ ਮਿਲਦਾ ਤਾਂ ਬੈਂਕਾਂ ਆ ਕੇ ਆਰਬੀਆਈ ਕੋਲ ਆਉਂਦੀਆਂ ਕਿ ਸਾਨੂੰ ਜੀ ਲੋਨ ਦਿੱਤਾ ਜਾਵੇ। ਸੋ ਆਰਬੀਆਈ ਉਹਨਾਂ ਦੀ ਇਸ ਕ੍ਰਾਈਸਿਸ ਦੇ ਵਿੱਚ ਹੈਲਪ ਕਰਦੀ ਹੈ। ਦੇਖੋ ਬੈਂਕਿੰਗ ਸੈਕਟਰ ਨੂੰ ਰੈਗੂਲੇਟ ਕਰਦੀ ਹੈ ਆਰਬੀਆਈ ਐਂਡ ਨਾਨ ਬੈਂਕਿੰਗ ਫਾਈਨੈਂਸ ਕੰਪਨੀਜ਼ ਨੂੰ ਵੀ ਰੈਗੂਲੇਟ ਕਰਦੀ ਹੈ। ਮੋਨੀਟਰੀ ਪਾਲਿਸੀ ਨੂੰ ਦੇਖੋ ਟਰਾਂਸਮਿਟ ਵੀ ਇਹਦੇ ਦੁਆਰਾ ਕੀਤਾ ਜਾਂਦਾ ਹੈ। ਮੋਨੀਟਰੀ ਪਾਲਿਸੀ ਕੀ ਹੈ ਇਹਦੇ ਬਾਰੇ ਆਪਾਂ ਅੱਗੇ ਜ਼ਿਕਰ ਕਰਾਂਗੇ। ਫਾਈਨੈਂਸ਼ੀਅਲ ਇਨਕਲੂਜਨ, ਇਟ ਮੀਨਸ ਕਿ ਇੰਡੀਆ ਦੇ ਜੋ ਰੂਰਲ ਏਰੀਆਸ ਦੇ ਵਿੱਚ ਲੋਕ ਰਹਿ ਰਹੇ ਆ, ਬਿਕੋਜ਼ ਆਪਾਂ ਨੂੰ ਪਤਾ ਕਿ ਨੀਅਰਲੀ 70% ਆਫ ਇੰਡੀਆ ਇਜ਼ ਰੈਜ਼ਾਈਡਿੰਗ ਇਨ ਰੂਰਲ ਏਰੀਆਸ। ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਬੈਂਕਿੰਗ ਸੈਕਟਰ ਦੇ ਅੰਡਰ ਲੈ ਕੇ ਆਉਣਾ, ਇਹਦਾ ਕੰਮ ਵੀ ਕੌਣ ਕਰਦਾ, ਆਰਬੀਆਈ ਕਰਦਾ। ਸੋ ਦੇਖੋ ਜਦੋਂ ਆਪਾਂ ਆਰਬੀਆਈ ਦੀ ਫੰਕਸ਼ਨਿੰਗ ਦੀ ਗੱਲ ਕਰਦੇ ਹਾਂ ਤਾਂ ਆਰਬੀਆਈ ਦੀ ਫੰਕਸ਼ਨਿੰਗ ਕੀਤੀ ਜਾਂਦੀ ਸੈਂਟਰਲ ਬੋਰਡ ਆਫ ਡਾਇਰੈਕਟਰਸ ਦੇ ਦੁਆਰਾ, ਜਿਹੜੀ ਟਰਮ ਹੁੰਦੀ ਆ 4 ਸਾਲ। ਐਂਡ ਇਸ ਸੈਂਟਰਲ ਬੋਰਡ ਆਫ ਡਾਇਰੈਕਟਰਸ ਨੂੰ ਦੇਖੋ ਅਪੁਆਇੰਟ ਕੌਣ ਕਰਦਾ, ਗਵਰਨਮੈਂਟ ਆਫ ਇੰਡੀਆ ਅੰਡਰ ਆਰਬੀਆਈ ਐਕਟ ਆਫ 1934। ਜਦੋਂ ਦੇਖੋ ਆਪਾਂ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਸੈਂਟਰਲ ਬੋਰਡ ਆਫ ਡਾਇਰੈਕਟਰਸ ਦੀ, ਤਾਂ ਇਹਦੇ ਵਿੱਚ ਦੇਖੋ ਇੱਕ ਗਵਰਨਰ ਹੁੰਦਾ ਐਂਡ ਨਾਟ ਮੋਰ ਦੈਨ 4 ਡਿਪਟੀ ਗਵਰਨਰਸ। ਇਟ ਮੀਨਸ ਕੀ ਹੈ, ਦੇਖੋ 4 ਡਿਪਟੀ ਗਵਰਨਰ ਹੋ ਸਕਦੇ, 3 ਵੀ ਹੋ ਸਕਦੇ, ਪਰ ਉਸ ਤੋਂ ਵੱਧ ਨਹੀਂ ਹੋ ਸਕਦੇ। ਅੱਗੇ ਆਉਂਦਾ ਜੀ ਨਾਨ ਅਫੀਸ਼ੀਅਲ ਡਾਇਰੈਕਟਰਸ। ਦੇਖੋ ਨਾਨ ਅਫੀਸ਼ੀਅਲ ਡਾਇਰੈਕਟਰਸ ਦੇ ਵਿੱਚ ਇਹਦੇ 4 ਡਾਇਰੈਕਟਰ ਇਨਕਲੂਡ ਕੀਤੇ ਜਾਂਦੇ 4 ਲੋਕਲ ਬੋਰਡਸ ਤੋਂ। ਇਟ ਮੀਨਸ ਕਿ ਹਰੇਕ ਇੱਕ ਇੱਕ ਲੋਕਲ ਬੋਰਡ ਤੋਂ ਇੱਕ ਇੱਕ ਡਾਇਰੈਕਟਰ ਲੈ ਲਿਆ ਜਾਂਦਾ। ਐਂਡ ਅਦਰ ਜਿਹੜੇ ਹੈਗੇ ਆ ਉਹ ਨੋਮੀਨੇਟ ਕੀਤੇ ਨੇ ਗਵਰਨਮੈਂਟ ਦੇ ਦੁਆਰਾ। ਉਹਨਾਂ ਜੋ ਨੋਮੀਨੇਸ਼ਨਸ ਦੇ ਵਿੱਚੋਂ 2 ਗਵਰਨਮੈਂਟ ਅਫੀਸ਼ੀਅਲਸ ਹੋਣੇ ਚਾਹੀਦੇ ਆ ਐਂਡ ਵੇਰੀਅਸ ਫੀਲਡਸ ਤੋਂ ਗਵਰਨਮੈਂਟ ਵੱਲੋਂ 10 ਡਾਇਰੈਕਟਰ ਜਿਹੜੇ ਹੈਗੇ ਆ ਉਹ ਨੋਮੀਨੇਟ ਕੀਤੇ ਜਾਂਦੇ ਆ। ਜਦੋਂ ਦੇਖੋ ਆਪਾਂ ਲੋਕਲ ਬੋਰਡਸ ਦੀ ਗੱਲ ਕਰਨ, ਦੇਖੋ ਜੀ ਹਰੇਕ ਏਰੀਆਸ ਦੇ ਲਈ ਆਰਬੀਆਈ ਦੁਆਰਾ ਇੱਕ ਲੋਕਲ ਬੋਰਡ ਬਣਾਇਆ ਗਿਆ। ਵੈਸਟਰਨ ਏਰੀਆ ਦਾ ਹੈੱਡਕੁਆਰਟਰ ਦੇਖੋ ਹੈਗਾ ਬੰਬੇ ਦੇ ਵਿੱਚ, ਈਸਟਰਨ ਏਰੀਆ ਦਾ ਹੈਗਾ ਕੈਲਕਟਾ ਦੇ ਵਿੱਚ, ਨਾਰਦਰਨ ਏਰੀਆ ਦਾ ਨਿਊ ਦਿੱਲੀ ਦੇ ਵਿੱਚ ਆ, ਐਂਡ ਸਦਰਨ ਏਰੀਆ ਦਾ ਕਿੱਥੇ ਆ ਜੀ, ਚੇਨਈ ਦੇ ਵਿੱਚ। ਹਰੇਕ ਲੋਕਲ ਬੋਰਡ ਦੇਖੋ 5 ਮੈਂਬਰਸ ਹੁੰਦੇ ਆ, ਇਹਨਾਂ ਦੇ ਵਿੱਚ ਆਰੀਅਰ ਦੀ ਟਰਮ ਹੁੰਦੀ ਹੈ ਐਂਡ ਇਹਨਾਂ 5 ਮੈਂਬਰਸ ਨੂੰ ਅਪੁਆਇੰਟ ਕੀਤਾ ਜਾਂਦਾ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ। ਅੱਗੇ ਗੱਲ ਕਰ ਦੇਖੋ ਜੀ ਬੋਰਡ ਆਫ ਫਾਈਨੈਂਸ਼ੀਅਲ ਇਨਕਲੂਜਨ, ਇਹ ਵੀ ਇੱਕ ਆਰਬੀਆਈ ਦਾ ਪਾਰਟੀ ਹੈ। ਇਹਦਾ ਕੰਮ ਕੀ ਹੈ, ਦੇਖੋ ਫਾਈਨੈਂਸ਼ੀਅਲ ਸੈਕਟਰ ਨੂੰ ਸੁਪਰਵਾਈਜ਼ ਕਰਨਾ। ਜਦੋਂ ਇਹਦੀ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਆਪਾਂ ਤਾਂ ਜੋ ਗਵਰਨਰ ਆਫ ਆਰਬੀਆਈ ਨੇ ਉਹ ਇਹਦੇ ਚੇਅਰਮੈਨ ਹੁੰਦੇ ਆ ਐਂਡ ਸੈਂਟਰਲ ਬੋਰਡ ਦੇ ਵਿੱਚੋਂ 4 ਡਾਇਰੈਕਟਰਸ ਨੂੰ ਇਹਦੇ ਵਿੱਚ ਲਿਆ ਜਾਂਦਾ ਐਂਡ ਜੋ ਡਿਪਟੀ ਗਵਰਨਰ ਨੇ ਉਹ ਇਹਦੇ ਐਕਸ ਅਫੀਸ਼ੋ ਮੈਂਬਰ ਹੁੰਦੇ। ਦੇਖੋ ਐਕਸ ਅਫੀਸ਼ੋ ਦਾ ਮੀਨਿੰਗ ਕੀ ਹੈ, ਕੋਈ ਵੀ ਪਰਸਨ ਜੋ ਡਿਪਟੀ ਗਵਰਨਰ ਬਣੂਗਾ ਉਹ ਆਟੋਮੈਟਿਕਲੀ ਇਸ ਬੋਰਡ ਦਾ ਜਿਹੜਾ ਹੋਊਗਾ ਉਹ ਮੈਂਬਰ ਬਣ ਜਾਊਗਾ। ਇਟ ਮੀਨਸ ਕਿ ਉਸ ਨੂੰ ਸਪੈਸ਼ਲ ਅਪੁਆਇੰਟਮੈਂਟ ਦੀ ਕੋਈ ਜ਼ਰੂਰਤ ਨਹੀਂ ਪੈਣੀ। ਐਂਡ 1 ਡਿਪਟੀ ਗਵਰਨਰ ਜਿਹਨੂੰ ਕੋਈ ਨੋਮੀਨੇਟ ਕੀਤਾ ਜਾਂਦਾ ਵਾਈਸ ਚੇਅਰਮੈਨ ਆਫ ਦਾ ਬੋਰਡ। ਜਦੋਂ ਦੇਖੋ ਆਪਾਂ ਆਰਬੀਆਈ ਦੀਆਂ ਸਬਸਿਡਰੀ ਦੀ ਗੱਲ ਕਰਦੇ ਹਾਂ ਤਾਂ ਸਬਸਿਡਰੀ ਦਾ ਮੀਨਿੰਗ ਦੇਖੋ ਕੀ ਹੋਗਾ ਕਿ ਉਹ ਐਂਟੀਟੀਜ਼ ਜਿਨ੍ਹਾਂ ਨੂੰ ਕਿ ਫੁੱਲੀ ਓਨਡ ਕੀਤਾ ਜਾਂਦਾ ਆਰਬੀਆਈ ਦੇ ਦੁਆਰਾ, ਤਾਂ ਉਹਨਾਂ ਦੇ ਫਸਟ ਆ ਦੇਖੋ ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਆਫ ਇੰਡੀਆ। ਦੇਖੋ ਜਦੋਂ ਵੀ ਕੋਈ ਬੈਂਕ ਫੇਲ ਕਰ ਜਾਂਦਾ ਤਾਂ ਉਹਦੇ ਵਿੱਚ ਜਿੰਨਾ ਵੀ ਪੈਸਾ ਹੁੰਦਾ ਦੇਖੋ ਉਹ ਸਾਰਾ ਦਾ ਸਾਰਾ ਪੈਸਾ ਤੁਹਾਡਾ ਡੁੱਬਦਾ ਨਹੀਂ ਹੈਗਾ। 5 ਲੱਖ ਰੁਪਏ ਤੱਕ
जो तुहाडा पैसा होगा वो सेफ होगा। इट मीनस सपोज करो तुहाडा किसी बैंक विच 10 लाख रुपया सी, तां जेकर कोई बैंक सपोज करो दिवालिया हो जाता तां तुहाडा 10 10 लाख रुपया नहीं डुबना। आरबीआई दे द्वारा देखो इस एंटिटी दे थ्रू 5 लाख रुपए जिहड़े हैगे तुहाडे उह इंश्योर कीते जांदे आ। नेक्स्ट हैगा जी भारतीय रिजर्व बैंक नोट मुद्रण प्राइवेट लिमिटेड, आरबीआई इंफॉर्मेशन टेक्नोलॉजी प्राइवेट लिमिटेड, इंडियन फाइनेंशियल टेक्नोलॉजी एंड अलाइड सर्विसेज एंड आरबी रिजर्व बैंक इनोवेशन फंड। नेक्स्ट देखो जी आरबीआई नू कोई टैक्स पे करने की जरूरत नहीं होंगी। तुसी न्यूज़ दे विच एक होर खबर सुनी होनी है कि आरबीआई दे द्वारा गवर्नमेंट नू काफी जिहड़ा सरप्लस आ वो ट्रांसफर किया जाता आरबीआई एक्ट 1934 दे अंडर। जिवें देखो पिछे जे आरबीआई दे वल्लों मे बी 2020 ਦੇ ਵਿੱਚ 1 ਲੱਖ ਕਰੋੜ ਦੇ ਨੀਅਰ ਅਬਾਊਟ ਜਿਹੜੀ ਮਨੀ ਸੀ ਉਹ ਸਰਪਲਸ ਵਜੋਂ ਟ੍ਰਾਂਸਫਰ ਕੀਤੀ ਗਈ ਸੀ। ਐਂਡ ਦੇਖੋ ਜੋ ਇਹ ਸਰਪਲਸ ਆਰਬੀਆਈ ਨੂੰ ਆਰਬੀਆਈ ਦੇ ਵੱਲੋਂ ਟ੍ਰਾਂਸਫਰ ਕੀਤਾ ਜਾਂਦਾ ਉਹਦੇ ਲਈ ਦੋ ਫੈਕਟਰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦੇਖੋ ਇੱਕ ਹੁੰਦਾ ਕੰਟੀਨਜੈਂਸੀ ਰਿਸਕ ਬਫਰ, ਇਹਦਾ ਮੀਨਿੰਗ ਦੇਖੋ ਕੀ ਹੁੰਦਾਗਾ ਕਿ ਜਦੋਂ ਵੀ ਇਕਨੋਮੀ ਦੇ ਵਿੱਚ ਕੋਈ ਵਿਪਤਾ ਆਊਗੀ ਤਾਂ ਉਹਦੇ ਲਈ ਜਿਹੜੀ ਆਰਬੀਆਈ ਹੈਗੀ ਆ ਉਹ ਆਪਦੇ ਕੋਲੇ ਇੱਕ ਫੰਡ ਜ਼ਰੂਰ ਰੱਖਦੀ ਆ। ਸੋ ਦੈਟ ਕਿ ਜਦੋਂ ਵੀ ਇਕਨੋਮੀ ਨੂੰ ਖਤਰਾ ਹੋਊਗਾ ਸੋ ਦੈਟ ਉਸ ਬਫਰ ਨੂੰ ਯੂਜ਼ ਕਰਕੇ ਉਹ ਇਕਨੋਮੀ ਨੂੰ ਸੰਭਾਲ ਸਕਣ। ਸੋ ਇਸ ਬਫਰ ਨੂੰ ਆਰਬੀਆਈ ਦੇ ਵੱਲੋਂ ਦੇਖੋ ਮੇਨਟੇਨ ਕੀਤਾ ਜਾਂਦਾ 5.5% ਤੋਂ ਲੈ ਕੇ 6.5% ਆਫ ਆਪਦੀ ਬੈਲੈਂਸ ਸ਼ੀਟ ਦਾ। ਸੋ ਬੈਲੈਂਸ ਸ਼ੀਟ ਕੀ ਹੁੰਦੀ ਹੈ ਇਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਐਂਡ ਦੇਖੋ ਜੋ ਇਹ ਟ੍ਰਾਂਸਫਰ ਗਵਰਨਮੈਂਟ ਨੂੰ ਕੀਤੇ ਜਾਂਦੇ ਨੇ ਉਹਦੇ ਲਈ ਕਮੇਟੀ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਹੈ, ਬਿਮਲ ਜਮਾਲ ਕਮੇਟੀ ਵਿਚ ਇਜ਼ ਰਿਲੇਟਡ ਟੂ ਆਰਬੀਆਈ ਟ੍ਰਾਂਸਫਰ ਟੂ ਗਵਰਨਮੈਂਟ। ਦੇਖੋ ਪੇਪਰ ਚ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ। ਸਪੈਸ਼ਲੀ ਕਮੇਟੀ ਤੁਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬੜੇ ਹੀ ਧਿਆਨ ਨਾਲ ਕਰਨੀ ਹੈ। ਅੱਗੇ ਆਗਾ ਜੀ ਰਿਵੈਲੂਏਸ਼ਨ ਰਿਜ਼ਰਵ। ਦੇਖੋ ਰਿਵੈਲੂਏਸ਼ਨ ਰਿਜ਼ਰਵ ਦੇ ਵਿੱਚ ਕੀ ਹੁੰਦਾ, ਸਪੋਜ਼ ਕਰੋ ਆਰਬੀਆਈ ਦੇ ਵੱਲੋਂ ਕੋਈ ਸਿਕਿਉਰਿਟੀਜ਼ ਫੋਰਨ ਐਕਸਚੇਂਜ ਮਾਰਕੀਟ ਦੇ ਵਿੱਚ ਪਰਚੇਸ ਕੀਤੀਆਂ ਗਈਆਂ ਸੀ ਤਾਂ ਉਦੋਂ ਐਕਸਚੇਂਜ ਰੇਟ ਸੀਗਾ $1 ਦੇ 75, ਠੀਕ ਹੈ। ਐਂਡ ਜਦੋਂ ਆਰਬੀਆਈ ਦੇ ਵੱਲੋਂ ਦੇਖੋ ਵੇਚਿਆ ਗਿਆ ਤਾਂ ਉਹ ਸੀਗਾ $1 ਦੇ 80 ਰੁਪੀਸ। ਸੋ ਦੇਖੋ ਜੋ ਇਹ ਗੈਪ ਆਉਂਦਾ ਦੇਖੋ ਜੋ 5 ਰੁਪਏ ਦਾ ਗੈਪ ਆਇਆ, ਠੀਕ ਹੈ। ਸੋ 5 ਰੁਪਏ ਦੇ ਗੈਪ ਆਉਣ ਨਾਲ ਜੋ ਆਰਬੀਆਈ ਨੂੰ ਦੇਖੋ ਫਾਇਦਾ ਹੁੰਦਾ ਜਾਂ ਆਰਬੀਆਈ ਨੂੰ ਜੋ ਵੀ ਨੁਕਸਾਨ ਹੁੰਦਾ, ਠੀਕ ਹੈ ਨਾ, ਤਾਂ ਉਹਦੇ ਨਾਲ ਜਿਹੜੀਆਂ ਆਰਬੀਆਈ ਦੇ ਕੋਲੇ ਰਿਜ਼ਰਵ ਹੋਣਗੀਆਂ ਉਹਨਾਂ ਤੇ ਵੀ ਜ਼ਰੂਰ ਫਰਕ ਪਊਗਾ। ਨੈਕਸਟ ਆਪਾਂ ਅੱਗੇ ਗੱਲ ਕਰਦੇ ਆਂ ਜੀ ਆਰਬੀਆਈ ਦੀ ਬੈਲੈਂਸ ਸ਼ੀਟ ਦੀ, ਤਾਂ ਇਹਦੇ ਵਿੱਚ ਦੋ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀ। ਦੇਖੋ ਬੈਲੈਂਸ ਸ਼ੀਟ ਦੇ ਵਿੱਚ ਐਸੈਟਸ ਹੁੰਦੀਆਂ ਐਂਡ ਲਾਇਬਿਲਿਟੀਜ਼ ਹੁੰਦੀਆਂ। ਦੇਖੋ ਐਸੈਟ ਦਾ ਮੀਨਿੰਗ ਹੁੰਦਾ ਉਹ ਚੀਜ਼ਾਂ ਜਿਨ੍ਹਾਂ ਤੋਂ ਆਪਾਂ ਨੂੰ ਆਮਦਨ ਜਨਰੇਟ ਹੋਊਗੀ। ਜਿਵੇਂ ਸਪੋਜ਼ ਕਰੋ ਆਰਬੀਆਈ ਦੇ ਕੋਲੇ ਗੋਲਡ ਰਿਜ਼ਰਵ ਪਿਆ, ਆਰਬੀਆਈ ਦੇ ਕੋਲੇ ਫੋਰੈਕਸ ਰਿਜ਼ਰਵ ਪਏ ਨੇ, ਫੋਰੈਕਸ ਦਾ ਮੀਨਿੰਗ ਕੀ ਆ ਆਰਬੀਆਈ ਦੇ ਕੋਲੇ US ਡਾਲਰ ਪਏ ਨੇ, ਆਰਬੀਆਈ ਦੇ ਕੋਲੇ ਚਾਈਨੀਜ਼ ਰੈਨਮੀ ਪਈ ਆ, ਆਰਬੀਆਈ ਦੇ ਕੋਲੇ ਰਸ਼ੀਅਨ ਕਰੰਸੀ ਪਈ ਆ, ਜਾਂ ਆਰਬੀਆਈ ਦੇ ਕੋਲੇ UK ਦੇ ਪੌਂਡ ਪਏ, ਠੀਕ ਹੈ, ਗਵਰਨਮੈਂਟ ਸਿਕਿਉਰਿਟੀਜ਼ ਪਈਆਂ। ਇਟ ਮੀਨਸ ਕਿ ਸਪੋਜ਼ ਕਰੋ ਗਵਰਨਮੈਂਟ ਦੇ ਵੱਲੋਂ 100 ਕਰੋੜ ਦੀਆਂ ਜੋ ਸਿਕਿਉਰਿਟੀ ਸੀਗੀਆਂ ਉਹ ਮਾਰਕੀਟ ਵਿੱਚ ਕੱਢੀਆਂ ਗਈਆਂ ਸੀ ਜਿਨ੍ਹਾਂ ਨੂੰ ਕਿ ਆਰਬੀਆਈ ਦੇ ਦੁਆਰਾ ਖਰੀਦਿਆ ਜਾਂਦਾ, ਠੀਕ ਹੈ ਨਾ। ਸੋ ਜਦੋਂ ਉਹ ਸਿਕਿਉਰਿਟੀਜ਼ ਆਰਬੀਆਈ ਦੇ ਕੋਲੇ ਪਈਆਂ ਤਾਂ ਆਰਬੀਆਈ ਜਦੋਂ ਮਰਜ਼ੀ ਚਾਹੇ ਉਹਨਾਂ ਨੂੰ ਸੇਲ ਕਰਕੇ 100 ਕਰੋੜ ਰੁਪਏ ਦਾ ਹਾਸਲ ਕਰ ਸਕਦੀ ਹੈ। ਜਾਂ ਬੈਂਕਾਂ ਨੂੰ ਜੋ ਵੀ ਲੋਨ ਦਿੱਤਾ ਜਾਂਦਾ, ਜੇਕਰ ਦੇਖੋ ਕਿਸੇ ਬੈਂਕ ਵੱਲੋਂ ਮੈਨੂੰ 1 ਲੱਖ ਰੁਪਏ ਲੋਨ ਦਿੱਤਾ ਗਿਆ, ਇਟ ਮੀਨਸ ਕੀ ਆ ਉਹ ਮੈਨੂੰ ਪੇ ਕਰਨਾ ਹੀ ਕਰਨਾ ਪੈਣਾ, ਤਾਂ ਉਹ ਉਸ ਪਰਸਨ ਦੀ ਆਮਦਨ ਜਨਰੇਟ ਕਰੂਗਾ। ਲਾਇਬਿਲਿਟੀਜ਼ ਦਾ ਮੀਨਿੰਗ ਦੇਖੋ ਉਹ ਚੀਜ਼ਾਂ ਹੋ ਗਈਆਂ ਜੋ ਕਿ ਕਿਸੇ ਦੇ ਸਿਰ ਤੇ ਭਾਰ ਆ, ਠੀਕ ਹੈ। ਜਦੋਂ ਆਪਾਂ ਕਿਸੇ ਦਾ ਪੈਸਾ ਮੋੜਨਾ ਹੁੰਦਾ ਤਾਂ ਆਪਣੇ ਸਿਰ ਤੇ ਭਾਰ ਰਹਿੰਦਾ ਹੈ ਨਾ, ਤਾਂ ਇਟ ਮੀਨਸ ਕਿ ਉਹ ਪੈਸਾ ਜੋ ਕਿ ਆਰਬੀਆਈ ਨੇ ਲੋਕਾਂ ਨੂੰ ਵਾਪਸ ਕਰਨਾ। ਕਰੰਸੀ ਹੈਲਡ ਬਾਈ ਪੀਪਲ, ਦੇਖੋ ਜੋ ਬੈਂਕਾਂ ਦੇ ਵਿੱਚ ਪੈਸਾ ਪਿਆ, ਜਿਵੇਂ ਸਪੋਜ਼ ਕਰੋ ਮੇਰਾ SBI ਦੇ ਵਿੱਚ 1 ਲੱਖ ਰੁਪਇਆ ਪਿਆ, ਤਾਂ ਅਲਟੀਮੇਟਲੀ ਇਹਦਾ ਮੀਨਿੰਗ ਕੀ ਹੈ ਕਿ ਮੇਰਾ ਉਹ 1 ਲੱਖ ਰੁਪਇਆ ਆਰਬੀਆਈ ਦੇ ਕੋਲ ਪਿਆ, ਮੈਂ ਉਹ 1 ਲੱਖ ਰੁਪਇਆ ਆਰਬੀਆਈ ਤੋਂ ਲੈਣਾ। ਜਾਂ ਜੋ ਕਮਰਸ਼ੀਅਲ ਬੈਂਕਸ ਦਾ ਜੋ ਪੈਸੇ ਦੇਖੋ ਆਰਬੀਆਈ ਦੇ ਕੋਲੇ ਪਏ ਆ, ਆ ਵੀ ਪੁਆਇੰਟ ਦੇਖੋ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਜਾਂ ਗਵਰਨਮੈਂਟ ਆਫ ਇੰਡੀਆ ਦੇ ਦੇਖੋ ਜਿਹੜੀ ਡਿਪੋਜ਼ਿਟ ਆਰਬੀਆਈ ਦੇ ਕੋਲੇ ਪਏ ਆ ਉਹ ਵੀ ਆਰਬੀਆਈ ਦੀ ਕੀ ਹੈ ਲਾਇਬਿਲਿਟੀ, ਦੈਟ ਮੀਨਸ ਕਿ ਐਟ 1 ਪੁਆਇੰਟ ਉਹ ਆਰਬੀਆਈ ਨੂੰ ਮੋੜ ਨਹੀਂ ਪੈਣਗੇ। ਜਦੋਂ ਦੇਖੋ ਆਪਾਂ ਆਰਬੀਆਈ ਦੀ ਅਰਨਿੰਗਸ ਦੀ ਗੱਲ ਕਰਦੇ ਆ ਤਾਂ ਉਹ ਇਟ ਮੀਨਸ ਕਿ ਆਰਬੀਆਈ ਨੂੰ ਪੈਸਾ ਕਿੱਥੋਂ ਜਨਰੇਟ ਹੁੰਦਾ। ਦੇਖੋ ਫੋਰਨ ਕਰੰਸੀ ਐਸੈਟਸ, ਇਟ ਮੀਨਸ ਕੀ ਹੈਗਾ ਕਿ ਆਰਬੀਆਈ ਦੇ ਦੁਆਰਾ ਦੇਖੋ ਜੋ ਬੌਂਡਸ ਇਸ਼ੂ ਕੀਤੇ ਜਾਂਦੇ ਆ, ਠੀਕ ਹੈ ਨਾ, ਤਾਂ ਉਹਨਾਂ ਦੁਆਰਾ ਵੀ ਆਰਬੀਆਈ ਨੂੰ ਜਿਹੜੀ ਹੈਗੀ ਆ ਉਹ ਇਨਕਮ ਜਨਰੇਟ ਹੁੰਦੀ ਆ। ਲੈਂਡਿੰਗ ਟੂ ਕਮਰਸ਼ੀਅਲ ਬੈਂਕਸ, ਦੇਖੋ ਆਰਬੀਆਈ ਦੇ ਦੁਆਰਾ ਜਦੋਂ ਕਮਰਸ਼ੀਅਲ ਬੈਂਕਸ ਨੂੰ ਕੋਈ ਪੈਸਾ ਉਧਾਰ ਦਿੱਤਾ ਜਾਂਦਾ, ਇਟ ਮੀਨਸ ਇੰਟਰਸਟ ਤਾਂ ਲਿਆ ਜਾਊਗਾ,
ਤਾਂ ਉਹ ਆਰਬੀਆਈ ਦੀ ਅਰਨਿੰਗ ਦੇ ਵਿੱਚ ਇਨਕਲੂਡ ਹੋ ਜਾਂਦਾ ਕਮਿਸ਼ਨ ਫਾਰ ਹੈਂਡਲਿੰਗ ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਬੋਰੋਇੰਗਸ। ਦੇਖੋ ਜੋ ਸੈਂਟਰਲ ਗਵਰਨਮੈਂਟ ਨੂੰ ਜੋ ਪੈਸਾ ਦਿੱਤਾ ਜਾਂਦਾ ਜਾਂ ਸਟੇਟ ਗਵਰਨਮੈਂਟ ਨੂੰ ਪੈਸਾ ਦਿੱਤਾ ਜਾਂਦਾ ਤਾਂ ਉਹ ਜਿਹੜਾ ਕਮਿਸ਼ਨ ਚਾਰਜ ਹੁੰਦਾ ਉਹ ਵੀ ਆਰਬੀਆਈ ਦੀ ਅਰਨਿੰਗ ਦੇ ਵਿੱਚ ਇਨਕਲੂਡ ਹੁੰਦਾ। ਨੈਕਸਟ ਗੱਲ ਕਰਦੇ ਹਾਂ ਆਪਾਂ ਆਰਬੀਆਈ ਐਕਸਪੈਂਡੀਚਰ ਦੀ, ਤਾਂ ਆਰਬੀਆਈ ਐਕਸਪੈਂਡੀਚਰ ਦੇਖੋ ਜੀ ਕਿੱਥੇ ਕਰਦਾ, ਨੋਟ ਪ੍ਰਿੰਟ ਕਰਨ ਤੇ, ਇੰਪਲੋਈਜ਼ ਨੂੰ ਸੈਲਰੀ ਦਿੱਤੀ ਜਾਂਦੀ ਹੈ ਜਾਂ ਬੈਂਕਸ ਨੂੰ ਵੀ ਜਿਹੜਾ ਹੈਗਾ ਕਮਿਸ਼ਨ ਦਿੱਤਾ ਜਾਂਦਾ। ਇੱਕ ਹੋਰ ਤੁਸੀਂ ਪੁਆਇੰਟ ਦੇਖੋ ਧਿਆਨ ਦੇ ਵਿੱਚ ਰੱਖਣਾ, ਇੱਕ ਸੈਕਸ਼ਨ 7 ਆਫ ਆਰਬੀਆਈ ਐਕਟ ਹੁੰਦਾ, ਇਹਦੇ ਅੰਡਰ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਆਰਬੀਆਈ ਨੂੰ ਡਾਇਰੈਕਸ਼ਨ ਇਸ਼ੂ ਕਰ ਸਕਦੀ ਹੈ। ਦੇਖੋ ਇਸ ਚੀਜ਼ ਨੂੰ ਲੈ ਕੇ ਪਿੱਛੇ ਤਕਰੀਬਨ 2 ਸਾਲ ਪਹਿਲਾਂ ਕਾਫੀ ਜਿਹੜਾ ਸੀ ਉਹ ਵਿਵਾਦ ਹੋਇਆ ਸੀ, ਬਿਕੋਜ਼ ਗਵਰਨਮੈਂਟ ਦੇ ਦੁਆਰਾ ਆਰਬੀਆਈ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਸੀ, ਤੇ ਇਸ ਗੱਲ ਨੂੰ ਲੈ ਕੇ ਮੀਡੀਆ ਦੇ ਵਿੱਚ ਇਹ ਹਲਬਲੀ ਮੱਚੀ ਸੀ ਕਿ ਇਸ ਨਾਲ ਜਿਹੜੀ ਆਰਬੀਆਈ ਦੀ ਆਟੋਨਮੀ ਆ ਉਹ ਭੰਗ ਹੋ ਰਹੀ ਆ। ਸੋ ਇਸ ਤੋਂ ਅੱਗੇ ਦੇਖੋ ਮਨੀ ਸਪਲਾਈ ਦਾ ਟੌਪਿਕ ਆ ਜਾਂਦਾ ਜਿਹਨੂੰ ਕਿ ਆਪਾਂ ਨੈਕਸਟ ਲੈਕਚਰ ਵਿੱਚ ਕਵਰ ਕਰਾਂਗੇ। ਸੋ ਸਾਰਿਆਂ ਨੂੰ ਰਿਕੁਐਸਟ ਕਰਦਾ ਜੀ ਪਲੀਜ਼ ਇਸ ਲੈਕਚਰ ਨੂੰ ਧਿਆਨ ਨਾਲ ਦੇਖੋ, ਜੇਕਰ ਕੋਈ ਵੀ ਤੁਹਾਨੂੰ ਡਾਊਟ ਆਉਂਦਾ ਤਾਂ ਉਸ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਡ੍ਰੌਪ ਕਰੋ, ਐਂਡ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਵੱਧ ਤੋਂ ਵੱਧ ਆਪਦੇ ਸਾਥੀਆਂ ਨਾਲ ਸ਼ੇਅਰ ਕਰੋ, ਸੋ ਦੈਟ ਕਿ ਆਪਾਂ ਕਿਸੇ ਹੋਰ ਦੀ ਪ੍ਰਿਪਰੇਸ਼ਨ ਦੇ ਵਿੱਚ ਵੀ ਯੋਗਦਾਨ ਪਾ ਸਕੀਏ। ਐਂਡ ਸਾਰਿਆਂ ਨੂੰ ਆਪਣੇ ਦੋਸਤਾਂ ਨੂੰ ਭੈਣਾਂ ਭਰਾਵਾਂ ਨੂੰ ਸਬਸਕ੍ਰਾਈਬ ਕਰਨ ਦੇ ਲਈ ਵੀ ਜ਼ਰੂਰ ਕਹੋ। ਸੋ ਦੈਟਸ ਆਲ ਫਾਰ ਟੂਡੇ, ਐਂਡ ਦੇ ਵਿੱਚ ਕਹਿਣਾ ਚਾਹੂੰਗਾ ਜੀ ਸਿੱਖਦੇ ਰਹੋ, ਸਿਖਾਉਂਦੇ ਰਹੋ ਤੇ ਅੱਗੇ ਵੱਧਦੇ ਰਹੋ। ਥੈਂਕ ਯੂ।